दोस्तों आज ਤੁਹਾਡੇ ਨਾਲ ਮੈਂ ਇੱਕ ਐਨਆਰਆਈ ਦੀ ਜਗਰਾਉਂ ਦੀ ਬੇਸ਼ਕੀਮਤੀ ਪ੍ਰਾਪਰਟੀ ਤੇ ਚੌਕੀਦਾਰਾਂ ਵੱਲੋਂ ਕੀਤਾ ਗਿਆ ਕਬਜ਼ਾ ਉਹਦੇ ਮੁਤਲਕ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ। ਇੱਕ ਛੋਟੀ ਜੀ ਕਹਾਵਤ ਹੈ, ਚੌਕੀਦਾਰ ਹੀ ਚੋਰ ਨਿਕਲਿਆ। ਪੰਜਾਬ ਦੇ ਲੋਕਾਂ ਨੇ 92 ਚੌਕੀਦਾਰ ਚੁਣੇ। ਅਖੇ ਜੀ ਇੱਕ ਅਸੀਂ ਬਹੁਤ ਵੱਡਾ ਬਦਲਾਅ ਲੈ ਕੇ ਆਵਾਂਗੇ ਰਾਜਨੀਤੀ ਵਿੱਚ ਤੇ ਤੁਸੀਂ ਸਾਨੂੰ ਇੱਕ ਮੌਕਾ ਦਿਓ। ਲੋਕਾਂ ਨੇ ਭੋਲੇ ਨੇ ਲੋਕ ਮੌਕਾ ਦਿੱਤਾ ਤੇ ਹੁਣ ਮੈਂ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਵਾਂ ਕਿ ਉਹ ਜਿਹੜਾ ਮੌਕਾ ਮਿਲਿਆ, ਜਿਹੜੀਆਂ ਮਗਰਲੀਆਂ ਗੱਲਾਂ ਕੀਤੀਆਂ ਕਟਾਰੂ ਚੱਕ ਵਗੈਰਾ ਨੂੰ ਆਪਾਂ 2 ਮਿੰਟ ਵਾਸਤੇ ਪਾਸੇ ਕਰ ਦਿੰਨੇ ਆ। ਇੱਕ ਜਗਰਾਉਂ ਵਿੱਚ ਅਮਰਜੀਤ ਕੌਰ ਇੱਕ 올ਡ ਲੇਡੀ ਆ, ਬਜ਼ੁਰਗ ਨੇ, ਉਹਦਾ ਸਾਰਾ ਪਰਿਵਾਰ, ਉਹ ਆਪ ਵੀ ਟੋਰਾਂਟੋ ਰਹਿੰਦੇ ਨੇ ਕੈਨੇਡਾ। ਉਹਨਾਂ ਦਾ ਪੁੱਤਰ ਦਾ ਨਾਮ ਹੈਗਾ ਪਰਮਜੀਤ ਸਿੰਘ ਔਰ ਉਹਦੀ ਨੂੰਹ ਦਾ ਨਾਮ ਹੈਗਾ ਕੁਲਦੀਪ ਕੌਰ ਧਾਲੀਵਾਲ। ਉਹ ਹੁਣ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਸਿਰਫ ਆਪਣੀ ਪ੍ਰਾਪਰਟੀ ਬਚਾਉਣ ਵਾਸਤੇ, ਮਲਕੀਅਤ ਉਹਨਾਂ ਦੀ। ਔਰ ਯਾਦ ਰਹੇ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਮੇਰੇ ਹਿਸਾਬ ਦੇ ਨਾਲ ਚੌਥਾ ਹਿੱਸਾ ਪੰਜਾਬ ਜਿਹੜਾ ਵਾ ਉਹ ਵਿਦੇਸ਼ਾਂ ਵਿੱਚ ਜਾ ਚੁੱਕਾ ਐਨਆਰਆਈ ਨੇ। ਸੋ ਅੱਜ ਇਹ ਚੌਥੇ ਹਿੱਸੇ ਤੇ ਹਮਲਾ ਵਾ। ਅਗਰ 3 ਕਰੋੜ ਆਬਾਦੀ ਆ ਪੰਜਾਬ ਦੀ, ਉਹਦੇ ਚੌਥੇ ਹਿੱਸੇ ਤੇ ਹਮਲਾ ਇੱਕ ਆਮ ਆਦਮੀ ਪਾਰਟੀ ਦੀ MLA ਬੀਬੀ ਸਰਬਜੀਤ ਕੌਰ ਮਾਣੂਕੇ ਨੇ ਉਹਨਾਂ ਦੀ ਕੋਠੀ ਦੱਬ ਕੇ ਕੀਤਾ ਵਾ ਤੇ ਨਾਲ ਅੰਗੂਠਾ ਦਿਖਾਇਆ ਵਾ ਕਿ ਜੇ ਜਾਨ ਹੈਗੀ ਤੇ ਛਡਾ ਲਓ। ਔਰ ਜਦੋਂ ਮੈਂ ਨਾ ਪਰਮਜੀਤ ਸਿੰਘ ਉਹਨਾਂ ਨੇ ਕੋਈ 7-8 ਦਿਨ ਪਹਿਲਾਂ ਸੰਪਰਕ ਕੀਤਾ, ਮੈਂ ਉਹਨਾਂ ਦੇ ਕਹਿਣ ਤੇ SSP ਨਾਲ ਗੱਲ ਕੀਤੀ, ਮਿਸਟਰ ਨਵਨੀਤ ਬੈਂਸ ਨੇ, ਔਰ ਉਹਨਾਂ ਨੇ ਕਿਹਾ ਜੀ ਅਸੀਂ ਟਾਈਟਲ ਵੈਰੀਫਾਈ ਕਰ ਰਹੇ ਹਾਂ। ਫਿਰ ਉਹਨਾਂ ਨੇ ਕਿਹਾ ਜੀ ਮੈਂ ਇੱਕ ਐਪਲੀਕੇਸ਼ਨ ਮਾਰਕ ਕਰਤੀ, SP ਹੈਗੇ ਨੇ ਹਰਿੰਦਰ ਸਿੰਘ ਪਰਮਾਰ, ਫਿਰ ਉਹਨਾਂ ਨਾਲ ਗੱਲ ਕੀਤੀ, ਅਖੇ ਜੀ ਟਾਈਟਲ ਵੈਰੀਫਾਈ ਕਰ ਰਹੇ ਹਾਂ ਅਸੀਂ, ਕਾਗਜ਼ ਤਸਦੀਕ ਕਰ ਰਹੇ। ਫਿਰ ਉਹਨਾਂ ਨੇ ਅੱਗੇ ਕਿਸੇ ਨੂੰ ਮਾਰਕ ਕਰਤੀ, ਕੋਈ DSP ਹੈਗੇ ਮਿਸਟਰ ਵਿਰਕ, ਉਹਨਾਂ ਨਾਲ ਮੇਰੀ ਗੱਲ ਨਹੀਂ ਹੋ ਸਕੀ। 8-10 ਦਿਨ ਟਾਈਟਲ ਵੈਰੀਫਾਈ ਕਰਨ ਨੂੰ ਲਾ ਰਹੀ ਹੈ ਸਰਕਾਰ। ਔਰ ਸਭ ਤੋਂ ਹੋਛੀ ਤੇ ਮਾੜੀ ਗੱਲ ਇੱਕ ਜਿੱਦਾਂ ਧਮਕਾਉਣ ਵਾਲੀ ਹੁੰਦੀ ਕਿ ਬੀਬੀ ਸਰਬਜੀਤ ਕੌਰ ਮਾਣੂਕੇ ਮੋਹਰੇ ਆਉਂਦੇ ਨੇ ਮੀਡੀਆ ਚ ਤੇ ਉਹ ਕਹਿੰਦੇ ਨੇ ਕਿ ਦੇਖੋ ਗੱਲ ਇਹ ਆ ਕਿ ਮੈਂ ਤਾਂ ਕੋਠੀ ਲਈ ਆ ਤੇ ਇਹਦਾ ਡਿਸਪਿਊਟ ਨਜ਼ਰ ਆ ਰਿਹਾ, 2 ਪਾਰਟੀਆਂ ਨੇ, ਇੱਕ ਪਾਰਟੀ ਤੇ ਪਰਚਾ ਦਰਜ ਹੋਵੇਗਾ ਜਿਹੜੀ ਝੂਠੀ ਹੋਵੇਗੀ। ਕੀ MLA ਦਾ ਅਧਿਕਾਰ ਖੇਤਰ ਹੈ? ਪਰਚਾ ਦਰਜ ਕਰਨਾ ਹੈਗਾ ਪੁਲਿਸ ਨੇ ਆਫਟਰ ਡਿਊ ਡਿਲੀਜੈਂਸ, ਆਫਟਰ ਡਿਊ ਵੈਰੀਫਿਕੇਸ਼ਨ। ਲੇਕਿਨ MLA ਕਹਿ ਰਹੀ ਹੈ, ਉਹ ਡਰਾ ਰਹੀ, ਅਸਲ ਵਿੱਚ ਇਹਨਾਂ ਨੂੰ ਡਰਾ ਰਹੀ ਆ, ਜਿਹੜਾ ਟੋਰਾਂਟੋ ਦਾ ਪਰਿਵਾਰ ਆ ਅਮਰਜੀਤ ਕੌਰ ਦਾ, ਇਹ ਉਹਨਾਂ ਨੂੰ ਡਰਾ ਰਹੀ ਕਿ ਜੇ ਤੁਹਾਡਾ ਕੋਈ ਗੱਲ ਨਿਕਲੀ ਤੇ ਪਰਚਾ ਤੁਹਾਡੇ ਤੇ ਦਰਜ। ਆ ਸਾਡੇ ਪੰਜਾਬ ਦੇ ਇਸ ਵਕਤ ਬਦਲਾਵ ਦੀ ਰਾਜਨੀਤੀ ਦੀ ਪੋਜੀਸ਼ਨ ਅੱਜ ਪਹੁੰਚੀ ਹੋਈ ਹੈ 21ਵੀਂ ਸਦੀ ਵਿੱਚ। ਔਰ ਮੈਂ ਫਿਰ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ NRI ਸਾਰਿਆਂ ਨੇ ਇਕੱਠੇ ਹੋ ਕੇ ਇਹ ਘੇਰੇ ਨਾ, ਇਹਨਾਂ ਤੁਹਾਡੇ ਸਭ ਦੀਆਂ ਜਾਇਦਾਦਾਂ ਖਾ ਜਾਣੀਆਂ। ਇੱਕ ਇੰਸੀਡੈਂਟ ਨਹੀਂ ਹੋ ਰਿਹਾ, ਬਹੁਤ ਸਾਰੇ ਹੋਰ MLAs ਦੇ ਖਿਲਾਫ ਕੰਪਲੇਂਟ ਆ ਰਹੀਆਂ, ਕੋਈ ਕਿਸੇ ਦਾ ਸਾਲਾ ਲੱਗਾ ਹੋਇਆ ਜ਼ਮੀਨ ਦੱਬਣ ਦੇ ਉੱਤੇ, ਕੋਈ ਕਿੱਧਰ ਲੱਗਾ ਹੋਇਆ। ਸੋ ਇੱਕ ਆਪਣੇ ਸਭ ਲਈ ਇਮਤਿਹਾਨ ਦੀ ਘੜੀ। ਔਰ ਅਗਲੀ ਗੱਲ ਹੋਰ ਸੁਣੋ, ਸਰਬਜੀਤ ਕੌਰ ਮਾਣੂਕੇ ਨੇ ਇੱਕ ਕੋਈ ਫਰਜ਼ੀ ਡਾਕੂਮੈਂਟ ਪੇਸ਼ ਕੀਤਾ ਅਦਾਲਤ ਪਬਲਿਕ ਡੋਮੇਨ ਚ ਕਿ ਕੋਈ ਕਰਮ ਸਿੰਘ ਹੈ, ਕੋਈ ਰਿਟਾਇਰਡ ਸ਼ਾਇਦ ਬੈਂਕ ਮੈਨੇਜਰ ਹੈ ਜਾਂ ਕੋਈ ਵਕੀਲ ਹੈ, ਉਹ ਕਰਮ ਸਿੰਘ ਨੇ ਮੈਨੂੰ ਇਹ ਕੋਠੀ ਕਿਰਾਏ ਤੇ ਦਿੱਤੀ ਹੈ, ਬਹਾਨਾ ਬਣਾ ਰਹੇ ਨੇ। ਔਰ ਪਿਛਲੇ 10 ਦਿਨ ਤੋਂ ਕਰਮ ਸਿੰਘ ਕਿਤੇ ਨਹੀਂ ਆਣ ਕੇ ਕਹਿ ਰਿਹਾ, ਜਿਹੜੀ ਬੀਬੀ ਅਮਰਜੀਤ ਕੌਰ ਆ, ਉਹਦੀ ਨੂੰਹ ਜਿਹੜੀ ਕੁਲਦੀਪ ਕੌਰ ਧਾਲੀਵਾਲ ਆ, ਉਹਦਾ ਬੇਟਾ ਜਿਹੜਾ ਪਰਮਜੀਤ ਸਿੰਘ, ਉਹ ਸਾਰੇ ਮੀਡੀਆ ਵਿੱਚ ਅੱਗੇ ਆ ਚੁੱਕੇ ਨੇ। ਉਹਨਾਂ ਨੇ ਆਪਣੇ ਸਾਰੇ ਟਾਈਟਲ, ਸਾਰੀ ਮਲਕੀਅਤ ਦੇ ਡਾਕੂਮੈਂਟ ਦਿਖਾਤੇ ਨੇ, ਕੱਲਾ ਕੱਲਾ ਡਾਕੂਮੈਂਟ ਦਿਖਾਤਾ ਵਾ। ਲੇਕਿਨ ਜਿਹੜੇ ਬੰਦੇ ਤੋਂ ਇਹ ਕਿਰਾਏਨਾਮਾ ਲਿਆ ਫਰਜ਼ੀ ਬੀਬੀ ਸਰਬਜੀਤ ਕੌਰ ਮਾਣੂਕੇ ਨੇ, ਉਹ ਅੱਜ ਤੱਕ ਕਿਤੇ ਪਬਲਿਕ ਡੋਮੇਨ ਵਿੱਚ ਮੋਹਰੇ ਆਣ ਕੇ ਨਹੀਂ ਦੱਸਿਆ। ਜੇ ਫਰਜ਼ ਕਰੋ ਕਰਮ ਸਿੰਘ ਸੱਚਾ ਹੁੰਦਾ ਤੇ ਉਹਦੀ ਕੋਠੀ ਹੁੰਦੀ 4-5 ਕਰੋੜ ਦੀ, ਤੇ ਤੁਹਾਡਾ ਕੀ ਖਿਆਲ, ਉਹਨੇ ਚੁੱਪ ਰਹਿਣਾ ਸੀਗਾ? ਔਰ ਹੋਵੇ ਵਕੀਲ ਉਹ, ਉਹਨੇ ਸਭ ਤੋਂ ਪਹਿਲਾਂ ਮੋਹਰੇ ਆਣ ਕੇ ਸਾਰੀਆਂ ਐਲੀਗੇਸ਼ਨ ਨੂੰ ਰਿਬਟ ਕਰਨਾ ਸੀਗਾ ਕਿ ਤੁਸੀਂ ਝੂਠ ਬੋਲ ਰਹੇ ਹੋ, ਇਹ ਕੋਠੀ ਮੇਰੀ ਆ। ਕਰਮ ਸਿੰਘ ਦਾ ਚੁੱਪ ਰਹਿਣਾ ਆਪਣੇ ਆਪ ਸਾਬਤ ਕਰਦਾ ਵਾ ਕਿ ਇਹ ਕੋਠੀ ਜਿਹੜੀ ਆ ਕਲੀਅਰ ਕੱਟ ਟਾਈਟਲ ਬੀਬੀ ਅਮਰਜੀਤ ਕੌਰ ਦੇ ਨਾਮ ਤੇ ਬੋਲਦਾ ਵਾ। ਹੁਣ ਉਹ 2 ਔਰਤਾਂ ਧੱਕੇ ਖਾ ਰਹੀਆਂ ਨੇ ਇੰਡੀਆ ਦੇ ਵਿੱਚ, ਕਿਉਂਕਿ ਪਰਮਜੀਤ ਤਾਂ ਸ਼ਾਇਦ ਹਲੇ ਵੀ ਟੋਰਾਂਟੋ ਨੇ। ਉਹ 2 ਔਰ ਜਿਹੜੀ ਬੀਬੀ ਅਮਰਜੀਤ ਕੌਰ ਹੈ, ਮੇਰੇ ਖਿਆਲ 75-80 ਸਾਲ ਦੀ ਬਜ਼ੁਰਗ ਇੱਕ ਔਰਤ ਆ। ਕਦੀ ਉਹਨਾਂ ਨੂੰ ਮੈਂ ਉਹਨਾਂ ਨਾਲ ਜਦੋਂ ਸੰਪਰਕ ਚ ਆਉਣਾ ਵਾ, ਮੈਂ ਉਹਨਾਂ ਨੂੰ ਕੋਸ਼ਿਸ਼ ਕੀਤੀ ਸਮਝਾਉਣ ਦੀ ਕਿ ਤੁਸੀਂ, ਤੁਹਾਨੂੰ ਕਾਨੂੰਨੀ ਤੌਰ ਤੇ ਵੀ ਲੜਾਈ ਵਿੱਢਣੀ ਪਵੇਗੀ। ਪਰ ਉਹ ਕਹਿੰਦੇ ਜੀ ਸਾਨੂੰ ਚੀਫ ਮਿਨਿਸਟਰ ਦੇ ਆਫਿਸ ਚ ਇੱਕ OSD ਆ, ਉਹ ਸਾਨੂੰ ਭਰੋਸਾ ਦਵਾ ਰਿਹਾ ਕਿ ਤੁਹਾਨੂੰ ਅਸੀਂ ਚਾਬੀਆਂ ਦਵਾ ਦਾਂਗੇ। ਕਦੀ ਕਹਿੰਦੇ ਜੀ ਸਾਨੂੰ ਐਡਮਿਨਿਸਟ੍ਰੇਸ਼ਨ ਭਰੋਸਾ ਦਵਾ ਰਹੀ ਕਿ ਤੁਸੀਂ ਵੇਟ ਕਰ ਲਓ, ਚਾਬੀਆਂ ਦਵਾ ਲਾਂਗੇ। ਔਰ ਇਸ ਦੌਰਾਨ ਉਸ ਆਮ ਆਦਮੀ ਪਾਰਟੀ ਦੀ MLA ਬੀਬੀ ਨੇ ਆਪ ਅੰਦਰ ਸਾਰੀ ਰੈਨੋਵੇਸ਼ਨ ਕਰਤੀ ਕੋਠੀ ਦੀ, ਔਰ ਬਾਹਰ 15 ਦਿਨਾਂ ਦੇ ਵਿੱਚ ਉਸ ਦੀ ਕੋਠੀ ਨੂੰ ਸੜਕ ਬਣ ਗਈ। ਮਤਲਬ ਜਿਹੜੀਆਂ ਸੜਕਾਂ ਪਿੰਡਾਂ ਨੂੰ 6-6 ਸਾਲ, 8-8 ਸਾਲ, 10-10 ਸਾਲ ਵਾਰੀ ਨਹੀਂ ਆਉਂਦੀ, MLA ਦੇ ਕਹਿਣ ਤੇ ਚੁਟਕੀਆਂ ਵਿੱਚ ਉਹਦੇ ਘਰ ਨੂੰ ਸੜਕ ਬਣ ਗਈ ਹੈ। ਔਰ ਹੁਣ ਮੈਂ ਕਹਿਣਾ ਚਾਹੁੰਦਾ, ਇਹਨਾਂ ਦਾ ਮਨਸ਼ਾ ਪਤਾ ਕੀ ਹੈ, ਸਾਰੀ ਸਰਕਾਰ ਦੀ ਮਿਲ ਕੇ, ਕਿ ਕਿਸੇ ਤਰੀਕੇ ਨਾਲ ਇਹ ਥੱਕ ਜਾਣ ਜਿਹੜੇ ਅਸਲ ਮਾਲਕ ਨੇ, ਜਿਹੜੇ ਕੈਨੇਡਾ ਰਹਿੰਦੇ ਨੇ ਬੀਬੀ ਅਮਰਜੀਤ ਕੌਰ, ਇਹ ਥੱਕ ਜਾਣ
ਤੇ ਆਪਣੀ ਕੋਠੀ ਜਿਹੜੀ ਆ ਉਹ ਮਾਣੂਕ ਨੂੰ ਕੋਡੀਆਂ ਦੇ ਭਾਅ ਵਿੱਚ ਜਾਣ। ਜਿੱਦਾਂ ਅੱਜ ਕਟਾਰੂ ਚੱਕ ਵੱਲ ਬਾਰੇ ਹੋਇਆ ਨਾ ਕਿ 60 ਦਿਨ ਉਸ ਗਰੀਬ ਨੌਜਵਾਨ ਨੂੰ ਭਜਾ ਭਜਾ ਕੇ ਘਰੋਂ ਬੇਕਰ ਕਰਕੇ ਅੱਜ ਉਹਦੇ ਕੋਲ ਬਿਆਨ ਦਵਾ ਲਿਆ ਵਾ ਕਿ ਜੀ ਮੈਂ ਆਪਣੀ ਸ਼ਿਕਾਇਤ ਵਾਪਸ ਲੈਂਦਾ ਵਾਂ। ਦੋਸਤੋ ਦੇਖੋ ਕਿੱਡਾ ਹਨੇਰਗਰਦੀ ਮੱਚੀ ਦੇ ਵਿੱਚ। ਜਿਹੜਾ ਉਹ ਕਹਿੰਦਾ ਚਲੋ ਮੰਨ ਲਿਆ ਪੁਲਿਸ ਨੇ ਉਹਦੇ ਤੇ ਦਬਾਅ ਪਾ ਕੇ ਕੰਪਲੇਨੈਂਟ ਕੋਲੋਂ ਸ਼ਿਕਾਇਤ ਵਾਪਸ ਲਈ, ਪਰ ਜਿਹੜੀਆਂ ਦੋ ਵੀਡੀਓ ਕਲਿੱਪਸ ਨੇ ਉਹਦੇ ਅਸ਼ਲੀਲ ਪੁਣੇ ਦੀਆਂ, ਉਸ ਨੌਜਵਾਨ ਦੀ ਐਕਸਪਲੋਇਟੇਸ਼ਨ ਦੀਆਂ, ਉਹਦੇ ਨਾਲ ਸੈਕਸ਼ੂਅਲ ਗਤੀਵਿਧੀਆਂ ਦੀਆਂ, ਉਹ ਦੋ ਵੀਡੀਓ ਕਲਿੱਪਸ ਬਾਰੇ ਕੀ ਹੋਊਗਾ? ਉਹ ਤਾਂ ਨਹੀਂ, ਉਹ ਜਿਹੜੀਆਂ ਗਵਰਨਰ ਨੇ ਵੈਰੀਫਾਈ ਕੀਤੀਆਂ, ਗਵਰਨਰ ਨੇ ਵੈਰੀਫਾਈ ਕਰਕੇ ਭਗਵੰਤ ਮਾਨ ਨੂੰ ਚਿੱਠੀਆਂ ਲਿਖੀਆਂ 3, ਉਹ ਤਾਂ ਨਹੀਂ ਰਿਕਾਰਡ ਮਿਟ ਚੱਲਿਆ। ਔਰ ਕੀ ਦਲੀਲ ਦੇ ਰਹੀ ਆ SIT ਕਿ ਜੀ ਕਿਉਂਕਿ ਮੁੰਡਾ ਆਪ SC ਆ, ਇਸ ਕਰਕੇ SC ਕਮਿਸ਼ਨ ਨੂੰ ਰਿਪੋਰਟ ਬਣਾ ਕੇ ਭੇਜਣੇ ਨੇ ਦਿੱਲੀ, ਕਿਉਂਕਿ ਨੌਜਵਾਨ ਆਪ SC ਆ। ਇਹਦਾ ਮਤਲਬ ਹੈ ਕਿ ਇੱਕ SC ਨੂੰ ਆਖੇ ਜੀ ਕਟਾਰੂ ਚੱਕ ਵੀ SC ਆ, ਕੀ ਕਟਾਰੂ ਚੱਕ ਨੂੰ ਅਧਿਕਾਰ ਮਿਲ ਗਿਆ ਫਿਰ SC ਨੂੰ ਕਿ ਉਹ SC ਨਾਲ ਜਿੰਨੀ ਮਰਜ਼ੀ ਬਦਫੈਲੀ ਕਰੇ? ਦੈਟ ਮੀਨਸ SC ਹੈਵ ਨੋ ਪ੍ਰੋਟੈਕਸ਼ਨ। ਫਰਜ਼ ਕਰੋ ਇੱਕ SC ਦੂਜੇ SC ਦੀ ਐਕਸਪਲੋਇਟੇਸ਼ਨ ਕਰ ਰਿਹਾ, ਇਹਦਾ ਮਤਲਬ ਉਹਨੂੰ ਆਪਾਂ ਅਧਿਕਾਰ ਦੇ ਦਿੱਤਾ ਵਾ। ਔਰ ਪੁਲਿਸ ਨੂੰ ਮੈਂ ਕਹਿਣਾ ਚਾਹੁੰਦਾ ਕਿ ਬੜੇ ਜ਼ਿੰਮੇਵਾਰ ਤੁਸੀਂ ਅਫਸਰਸ ਹੋ, IPS ਅਫਸਰਸ ਹੋ, ਬੜੇ ਸੁਲਝੇ ਹੋਏ ਹੋ। ਲੈਟ ਮੀ ਟੈਲ ਯੂ, ਸੇਮ ਸੈਕਸ ਰਿਲੇਸ਼ਨਸ਼ਿਪ, ਸੇਮ ਸੈਕਸ ਮੈਰਿਜ ਅੱਜ ਵੀ ਇੰਡੀਆ ਵਿੱਚ ਗੁਨਾਹ ਵਾ। ਇਟ ਇਜ਼ ਨਾਟ ਪਰਮਿਸਿਬਲ ਬਾਏ ਦਾ ਲਾਅ ਆਫ ਦਾ ਲੈਂਡ। ਅੱਜ ਵੀ ਇੰਡੀਆ ਵਿੱਚ ਮੈਂ ਫਿਰ ਕਹਿਣਾ ਚਾਹੁੰਦਾ ਵਾਂ ਕਿ ਜਿਹੜੀ ਗੇ ਮੈਰਿਜਿਸ ਨੇ, ਚਾਹੇ ਲੜਕੀ ਦੀ ਲੜਕੇ ਨਾਲ, ਮੁੰਡੇ ਦੀ ਮੁੰਡੇ ਦੇ ਨਾਲ, ਬੰਦੇ ਦੀ ਬੰਦੇ ਦੇ ਨਾਲ, ਇਹ ਲੀਗਲੀ ਤੌਰ ਤੇ ਪਰਮਿਸਿਬਲ ਨਹੀਂ, ਇਹ ਗੈਰ ਕਾਨੂੰਨੀ ਆ। ਜੇ ਉਹ ਕੇਸ਼ਵ ਨੇ ਆਪਣੀ ਕੰਪਲੇਂਟ ਵਾਪਸ ਵੀ ਲੈ ਲਈ ਆ ਤਾਂ ਵੀ ਕਟਾਰੂ ਚੱਕ ਤੇ ਪਰਚਾ ਬਣਦਾ ਵਾ ਉਸ ਵੀਡੀਓਜ਼ ਦੇ ਆਧਾਰ ਤੇ ਜਿਹੜੀ ਗਵਰਨਰ ਨੇ ਫੋਰੈਂਸਿਕ ਲੈਬ ਤੋਂ ਉਹਨਾਂ ਨੂੰ ਵੈਰੀਫਾਈ ਕਰਕੇ ਭਗਵੰਤ ਸਿੰਘ ਮਾਨ ਨੂੰ 3 ਚਿੱਠੀਆਂ ਲਿਖੀਆਂ ਨੇ। ਆ ਪੰਜਾਬ ਦੇ ਮੇਰੇ ਦੋਸਤੋ, ਵੀਰੋ, ਬਜ਼ੁਰਗੋ, ਭੈਣੋ ਤੇ ਭਰਾਓ, ਆ ਸਾਡੇ ਹਾਲਾਤ ਨੇ। ਜਿਨ੍ਹਾਂ ਨੂੰ ਆਪਾਂ ਚੌਕੀਦਾਰ ਬਣਾਇਆ ਉਹੀ ਚੋਰੀਆਂ ਕਰ ਰਹੇ ਨੇ, ਉਹੀ ਸਾਡੇ ਚੋਰ ਨੇ। ਵੋਟਾਂ ਪਾ ਲਓ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਗਾਂਹ ਵੀ ਪਾ ਲਿਓ ਸਰਪੰਚੀਆਂ ਚ ਤੇ ਮਿਊਨਸੀਪੈਲਟੀਆਂ ਚ ਜਿਹੜੀਆਂ ਰਹਿੰਦੀਆਂ ਪ੍ਰਾਪਰਟੀਆਂ ਨੇ NRIs ਦੀਆਂ, ਕਿਉਂਕਿ ਅਗਰ ਸਰਬਜੀਤ ਕੌਰ ਮਾਨੂਕ ਇਸ ਦੀ ਪ੍ਰਾਪਰਟੀ ਦੱਬਣ ਚ ਕਾਮਯਾਬ ਹੋ ਗਈ ਤੇ ਯਾਦ ਰੱਖਣਾ ਕਿ ਤੁਹਾਡੇ ਚੌਥਾ ਹਿੱਸਾ ਜਿਹੜਾ ਵਰਲਡ ਵਿੱਚ NRIs ਦਾ ਰਹਿੰਦਾ, ਤੁਹਾਡੀ ਕੋਈ ਵੀ ਜਾਇਦਾਦ ਸੇਫ ਨਹੀਂ ਰਹੇਗੀ। ਟੁੱਟ ਕੇ ਪੈ ਜਾਣਗੇ ਲੋਕੀ ਤੁਹਾਡੀਆਂ ਜ਼ਮੀਨਾਂ ਨੂੰ, ਤੁਹਾਡੀਆਂ ਕੋਠੀਆਂ ਨੂੰ, ਤੁਹਾਡੇ ਕਾਰੋਬਾਰਾਂ ਨੂੰ, ਤੁਹਾਡੀ ਪ੍ਰਾਪਰਟੀਜ਼ ਨੂੰ, ਕਿਉਂਕਿ ਉਹਨਾਂ ਨੂੰ ਇੱਕ ਹੈਂਡਲ ਮਿਲ ਜਾਏਗਾ ਕਿ ਸਰਕਾਰ ਸਾਡੇ ਨਾਲ ਆ, NRIs ਦੀ ਪ੍ਰਾਪਰਟੀ ਦੱਬੋ। ਸੋ ਮੈਂ ਅੱਜ ਇਸ ਵਿਸ਼ੇ ਤੇ ਤੁਹਾਡਾ, ਮੈਨੂੰ ਬੜਾ ਦੁੱਖ ਲੱਗਿਆ, ਹੋਰ ਕੁਛ ਨਹੀਂ ਗਾ। ਇਟ ਇਜ਼ ਸੋ, ਆਈ ਮੀਨ ਜਿਸ ਬੰਦੇ ਦੀ ਵੀ ਜ਼ਮੀਰ ਜਾਗਦੀ ਆ ਉਹਨੂੰ ਦੁੱਖ ਲੱਗਦਾ ਵਾ ਕਿ ਕਿਸ ਤਰ੍ਹਾਂ ਔਰਤਾਂ ਜਿਹੜੇ NRIs ਨੇ ਆਮ ਆਦਮੀ ਪਾਰਟੀ ਨੂੰ ਬੇਤਹਾਸ਼ਾ ਫੰਡਿੰਗ ਕੀਤੀ। ਔਰ ਮੈਂ ਸੁਣ ਰਿਹਾ ਸੀ ਪਰਮਜੀਤ ਸਿੰਘ ਕਹਿ ਰਹੇ ਨੇ ਔਨ ਕੈਮਰਾ ਆਣ ਕੇ ਕਿ ਅਸੀਂ ਆਪ ਆਮ ਆਦਮੀ ਪਾਰਟੀ ਦੇ ਸਪੋਰਟਰ ਰਹੇ। ਲੱਖ ਲਾਨਤ ਯਾਰ ਤੁਹਾਡੇ ਤੇ, ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਜਿਨ੍ਹਾਂ ਲੋਕਾਂ ਨੇ ਤੁਹਾਨੂੰ ਪੈਸੇ ਦਿੱਤੇ, ਤੁਸੀਂ ਉਹਨਾਂ ਦੀਆਂ ਜਾਇਦਾਦਾਂ ਹੜਪਣ ਤੇ ਆ ਗਏ ਹੋ, ਕਬਜ਼ੇ ਕਰਨ ਤੇ ਆ ਗਏ ਹੋ। ਇਹਦੇ ਨਾਲੋਂ ਜ਼ਿਆਦਾ ਮਾੜੀ ਰਾਜਨੀਤੀ ਹੋਰ ਕੀ ਹੋ ਸਕਦੀ ਹੈ? ਔਰ ਅਸੀਂ ਆਉਣ ਵਾਲੇ ਸੈਸ਼ਨ ਚ ਸਾਰੀਆਂ ਗੱਲਾਂ ਚੁੱਕਾਂਗਾ। ਔਰ ਮੈਨੂੰ ਤਾਂ ਇਹ ਕਹਿ ਰਹੇ, ਮੈਨੂੰ ਕਨਵੇ, ਅਲਟੀਮੇਟਲੀ ਮੈਨੂੰ ਕਨਵੇ ਕਰ ਰਹੀ ਆ, ਤਰੀਕੇ ਤਰੀਕੇ ਨਾਲ ਸੁਣੇ ਆ ਰਹੇ ਨੇ ਕਿ ਕਟਾਰੂ ਚੱਕ ਮਾਮਲੇ ਵਿੱਚ ਅਸੀਂ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਦੱਸੋ ਕਿੱਡੀ ਹਨੇਰਗਰਦੀ ਹੈ। ਔਰ ਮੈਂ ਵਿਲਿੰਗ ਆ, ਆਈ ਵਿਲ ਫੇਸ ਐਵਰੀ ਡੈਮ ਥਿੰਗ, ਪਰ ਮੈਂ ਉਹਦਾ ਕਹਿਣਾ ਚਾਹੁੰਦਾ ਕਿ ਦੇਖ ਲਓ ਕਾਨੂੰਨ ਕਿੱਥੇ ਪਹੁੰਚ ਗਿਆ ਵਾ। ਉਲਟਾ ਚੋਰ ਕੁਤਵਾਲ ਕੋ ਟੰਟੇ, ਕੀ ਕਹਿੰਦੇ ਹੁੰਦੇ, ਨਾਲੇ ਚੋਰ ਤੇ ਨਾਲੇ ਚਤੁਰ। ਔਰ ਕਟਾਰੂ ਚੱਕ ਦੇ ਮਸਲੇ ਚ ਫਿਰ ਮੈਂ ਤੁਹਾਨੂੰ ਇੱਕ ਵਾਰੀ ਕਲੈਰਿਟੀ ਲਿਆ ਦਿਆਂ ਕਿ ਪਾਵਾਂ ਕਿ ਕੇਸ਼ਵ ਉਸ ਵਿਕਟਿਮ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਆ, ਪਰੰਤੂ ਉਹ ਦੋ ਵੀਡੀਓ ਕਲਿੱਪਸ ਅੱਜ ਵੀ ਸਰਕਾਰ ਦੇ ਕੋਲ ਪਏ ਨੇ, ਔਰ ਉਹ ਜਿਹੜੀ ਅਸ਼ਲੀਲਪੁਣਾ ਤੇ ਉਹ ਜਿਹੜਾ ਬਦਫੈਲੀਆਂ ਕੀਤੀਆਂ ਉਹਦੇ ਤੇ ਪਰਚਾ ਬਣਦਾ ਵਾ, ਔਰ ਉਹ ਸਦਾ ਰਹਿਣਗੇ, ਅਗਲੀ ਸਰਕਾਰ ਤੱਕ ਵੀ ਰਹਿਣਗੇ, ਮਾਇੰਡ ਯੂ। ਔਰ ਇਹ ਕਹਿਣਾ ਕਿਉਂਕਿ ਕਟਾਰੂ ਚੱਕ ਖੁਦ SC ਹੈ, ਦਲਿਤ ਹੈ, ਇਸ ਕਰਕੇ ਉਹ ਦਲਿਤ ਦੇ ਖਿਲਾਫ ਦਲਿਤ ਦੀ ਕੰਪਲੇਂਟ ਨਹੀਂ ਬਣਦੀ, ਇਹਦਾ ਮਤਲਬ ਕੱਲ ਨੂੰ ਕੋਈ ਦਲਿਤ ਦੂਜੇ ਦਲਿਤ ਦੇ ਨਾਲ ਜ਼ਿਆਦਤੀ ਕਰੇਗਾ, ਧੱਕਾ ਕਰੇਗਾ ਤੇ। ਸੋ ਇਸ ਤਰ੍ਹਾਂ ਦੀਆਂ ਬੇਤੁਕੀਆਂ ਦਲੀਲਾਂ ਦੇ ਕੇ, ਔਰ ਉਸ ਗਰੀਬ ਨੂੰ ਜਿਹੜੀ SIT ਬਣੀ ਸੀ ਉਹਨੇ 60 ਦਿਨ ਨਹੀਂ ਦਿਖਾਈਆਂ, 60 ਦਿਨ ਲੱਗੇ ਕਿ ਕਿਸੇ ਤਰੀਕੇ ਨਾਲ ਕੇਸ਼ਵ ਨੂੰ ਲੱਭ ਪਏ। ਗਰੀਬ ਬੰਦੇ ਨੇ ਵਿਚਾਰੇ, ਛੋਟੇ ਮੋਟਾ ਉਹਨਾਂ ਨੂੰ ਲਾਲਚ ਦਿੱਤਾ ਹੋਊਗਾ, ਛੋਟਾ ਮੋਟਾ ਤਾਂ ਕੋਈ, ਉਲਟਾ ਵਿਸਲ ਬਲੋਅਰਸ ਜਿਹੜੇ ਐਕਟੀਵਿਸਟ ਸਾਡੇ ਅਰਗੇ ਉਹਨਾਂ ਦੇ ਪਰਚਾ। ਆ ਪੰਜਾਬ ਦੇ ਇਸ ਵਕਤ ਸਿਆਸੀ ਹਾਲਾਤ ਪਹੁੰਚੇ ਹੁਣ। ਪਰ ਫਿਰ ਕਮਿੰਗ ਬੈਕ ਟੂ ਦਿਸ ਕੰਪਲੇਂਟ, ਜਿਹੜੀ ਪਰਮਜੀਤ ਸਿੰਘ ਉਹਦੇ ਮਦਰ ਅਮਰਜੀਤ ਨੇ ਕੀਤੀ ਆ, ਮੇਰੀ ਸਰਬਜੀਤ ਕੌਰ ਮਾਣੂਕੋ ਨੇ ਵੀ ਹੈ, ਅਸੀਂ ਇਕੱਠੇ ਕੰਮ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਬਜ਼ੇ ਨਾ ਕਰੋ। ਇਹ ਬਹੁਤ ਵੱਡਾ ਇੱਕ ਮੈਸੇਜ ਜਾ ਰਿਹਾ NRIs ਨੂੰ,
एनआरआई अगे बढ़े भय पीत डरे हुए ने पंजाब बिल्कुल छड के चल जाएंगे इतने इन्वेस्टमेंट्स अपनी कढ के ले जाएंगे अगे एनआरआई के पिछे हटन नाल साडियां जिहड़ियां एग्रीकल्चर जमीना सी खेती दी जमीना सी पिंडां च जिहड़ी दुआबे विच 50-50 लाख नूं किला सी अज उहदा 20 लाख रुपए भी गाहक नेगा क्योंकि एनआरआई ने अपनी भी जमीना लातियां सेल दे उत्ते इन्ने डरे हुए ने तुहाडियां कारवाइयां तों और याद है तुहानूं कि जिहड़ा अमृतसर पैलेस दे अंदर जो एनआरआई परिवार दे नाल बदसलूकी कीती सीगी शराब दे ठेकेदारां ने और किदां उहने मिनिस्टर ने जाके बस 24 घंटे इंसाफ मिल जूगी हफ्ते च इंसाफ मिल जूगा वह हार के इथों जाण तों पहलां इह सुणिया दे के गई सीगी सारे एनआरआई नूं कि खबरदार हो जाओ साडे इस पंजाब दे विच मुड़ के कोई आण के इन्वेस्ट ना करियो कोई आण के अपनी जमीन जायदाद ना लियो क्योंकि इथे बेतहाशा खतरा वा एनआरआई नूं और उही खतरा अज एक आम आदमी पार्टी जगराओं दी एमएलए ने एक एनआरआई दे मकान दे उत्ते कब्जा करके और बड़े बेशर्मी नाल कब्जा चल रहा जिदा कटारू चक बड़ा बेशर्मी नाल 2 महीने दफ्तरी कामकार कीता जिवें कुछ होया ही नहीं गा। क्वेश्चन इज नॉट अबाउट कि कंप्लेनेंट ने वापस ले ली कंप्लेन, क्वेश्चन है कि की तुहाडे कोई माड़ी मोटी कोई नैतिकता कोई माड़ी मोटी मोरैलिटी कोई माड़ी मोटी एथिक्स जिहड़ा तुसीं सारे देश नूं सिखाउण च लगे होए हो कि असीं पंजाब इक परिवर्तन लैके आवांगे तुहाडे च कोई माड़ी मोटी कोई शर्म बची हुई है? आ मैं अज तुहाडे नाल गल्लां सांझियां करदा सी और जे तुहानूं एनआरआई नूं लगदा कि मैं गल्लां प्रोपर ते ठीक है पंजाब इहनूं वध तों वध शेयर करो तां कि ए पावर कोरीडोर पहुंचे ते इहनां नूं इहनां दा सिर जिहड़ा वा ओह शर्म नाल नीवां होवे। ते मेरी फिर मंग आ कि तुरंत अमरजीत कौर जिहड़ी बीबी आ एनआरआई परिवार आ उहनां दी कोठी जिहड़ी आ ओह माणू कोल कोलों लै के वापस दित्ती जावे बल्कि परचा बणदा वा ट्रेस पास दा करम जिहड़ा भी करम सिंह आ जिहने फ्रॉड डाक्यूमेंट तैयार कीता और जिहड़ी एमएलए ने उहदे उस मकान विच धक्के नाल आण के स्टे करके सारी उहदी रेनोवेशन करती आपे भन तोड़ करती आ इन्हां दे क्रिमिनल ऑफेंसिस बनदे ने। हुण देखणा इह होवेगा कि की बदलाव विच जान है कि नहीं है। तुहाडा सारिआं नाल मेरे लई जुड़न वास्ते धन्नवाद, शुक्रिया।